ਤਲਵੰਡੀ ਸਾਬੋ ਦੇ ਪਿੰਡ ਤੇ ਉਹਨਾਂ ਪੁਜਾਰੀਆਂ ਵਿੱਚ ਇੱਕ ਨੌਜਵਾਨ ਨੂੰ ਆਪਣੇ ਪਿੰਡ ਦੀ ਰਿਸ਼ਤੇਦਾਰੀ ਵਿੱਚ ਕਿਸੇ ਹੋਰ ਜਾਤ ਦੀ ਕੁੜੀ ਨਾਲ ਲਵ ਮੈਰਿਜ ਕਰਵਾਉਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਘਰ ਵਿੱਚ ਸੌਂ ਰਹੇ ਪਰਿਵਾਰ ਤੇ ਲੜਕੀ ਦੇ ਰਿਸ਼ਤੇਦਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਘਰ ਦੇ ਮੁਖੀ ਉਸਦੀ ਪਤਨੀ ਵੱਡਾ ਤੇ ਛੋਟਾ ਲੜਕਾ ਗੰਭੀਰ ਜ਼ਖਮੀ ਹੋ ਗਿਆ ਤੇ ਲਵ ਮੈਰਿਜ ਕਰਵਾਉਣ ਵਾਲੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਰਿਸ਼ਤੇਦਾਰ ਲੜਕੀ ਵੱਲੋਂ ਕਿਸੇ ਹੋਰ ਜਾਤ ਵਿੱਚ ਵਿਆਹ ਕਰਵਾਉਣ ਕਾਰਨ ਗੁੱਸੇ ਵਿੱਚ ਸਨ ਅਤੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਵੀ ਸੀ ਤੇ ਇਹਦੀ ਮੰਗ ਦੀ ਘਰ ਦੇ ਆ ਕੇ ਸੁੱਤੇ ਪਏ ਸੀ ਤੇ ਮੈਂ ਰੌਲਾ ਪਾਤਾ ਵੀ ਬੰਦੇ ਆ ਗਏ ਵੀ ਬੰਦੇ ਆ ਗਏ ਪਹਿਲਾਂ ਤਾਂ ਮੇਰੇ ਬੰਦੇ ਨੂੰ ਸੁੱਟਿਆ ਫਿਰ ਮੈਂ ਦੂਜੇ ਮੁੰਡੇ ਨੂੰ ਸੁੱਟਿਆ ਫਿਰ ਮੈਂ ਦੂਜੇ ਮੁੰਡੇ ਨੂੰ ਵੱਢਤਾ ਫਿਰ ਮੈਂ ਨੌਂ ਨੂੰ ਵੱਢਤਾ ਮੇਰੇ ਮਾਂ ਇੱਥੇ ਲਾਂਗਾ ਮੁੱਠੇ ਕਿਹੜਾ ਸੀ ਹਾਂ ਕੌਣ ਸੀ ਲੋਕ ਕਿੰਨੇ ਕਹਿੰਦੇ ਸੀ ਕੌਣ ਸੀ ਇੱਕ ਜੀਵਨ ਸੀ ਇੱਕ ਗੱਗੂ ਸੀ ਉੱਥੋਂ ਗੁਰੂ ਸਰਾ ਤੇ ਇੱਕ ਕਾਲੇ ਦਾ ਮੁੰਡਾ ਸੀਗਾ ਕੀ ਉਹਦਾ ਨਾਮ ਰੇਸ਼ਮ ਸੀ ਇੱਕ ਉਹ ਸੀਗਾ ਜਿਹੜਾ ਬੱਬੂ ਚੌਂਕੀਦਾਰਾਂ ਦਾ ਕਿਸ ਗੱਲੋਂ ਲੜਾਈ ਹੋਈ ਹੈ ਕਿਸ ਗੱਲ ਕਈ ਤੋਂ ਸਾਨੂੰ ਤਾਂ ਪਹਿਲਾਂ ਮਾੜੀ ਮੋਟੀ ਹਾਂ ਹਾਂ ਇੱਕ ਗੁਰਪ੍ਰੀਤ ਸੀ ਕਿਸ ਗੱਲੋਂ ਲੜਾਈ ਹੋਈ ਹੈ ਕਿਸ ਗੱਲੋਂ ਪਹਿਲਾਂ ਮਾੜੀ ਮੋਟੀ ਲੜਾਈ ਸੀ ਜੀਵਨ ਸਿੰਘ ਗੁਰਜੀਵਨ ਸਿੰਘ ਇਹਦੇ ਮਤਲਬ ਜਿਹੜਾ ਹੈਗਾ ਪਿੰਡ ਦਾ ਹੀ ਰਹਿਣ ਵਾਲਾ ਇਹ ਗੁਰਜੀਵਨ ਸਿੰਘ ਸਨ ਆਫ ਨਸੀਬ ਸਿੰਘ ਟਿਉਣੇ ਵਿਚਾਰੀਆਂ ਦਾ ਇਹਨਾਂ ਦੀ ਰਿਸ਼ਤੇਦਾਰੀ ਚੋਂ ਕੋਈ ਜਿਹੜੀ ਹੈਗੀ ਹੈ ਇਹਦੀ ਜਿਹੜੀ ਮਤਲਬ ਕੋਈ ਰਿਸ਼ਤੇਦਾਰੀ 'ਚੋਂ ਲੜਕੀ ਜਿਹੜੀ ਹੈਗੀ ਹੈ ਉਹਦੇ ਨਾਲ ਇਹਨੇ ਵਿਆਹ ਕਰਾ ਲਿਆ ਸੀਗਾ ਅਤੇ ਉਹ ਜਿਹੜੀ ਲੜਕੀ ਹਰਪ੍ਰੀਤ ਕੌਰ ਹੈਗੀ ਹੈ ਅਤੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਇਸੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਰੰਜਿਤ ਸੀਗਾ ਇਹ ਜਿਹੜੀ ਹੈਗੀ ਹੈ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਅਤੇ ਉਹ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਅਤੇ ਉਹਨਾਂ ਨੂੰ ਇਸੇ ਚੀਜ਼ ਦੀ ਖੁੰਦਕ ਸੀ ਵੀ ਸਾਡੇ ਬਰਾਦਰੀ ਦੀ ਲੜਕੀ ਨੂੰ ਇਹ ਜਿਹੜਾ ਹੈਗਾ ਵੀ ਇੱਥੋਂ ਘਰੋਂ ਲੈ ਗਿਆ ਅਤੇ ਉਹਦੇ ਨਾਲ ਜਿਹੜਾ ਵਿਆਹ ਰਚਾ ਲਿਆ ਜਿਹਦੇ ਕਰਕੇ ਇਹਨਾਂ ਦੀ ਕਾਫੀ ਦੇਰ ਤੋਂ ਜਿਹੜੀ ਹੈਗੀ ਆ ਆਪਸ 'ਚ ਕਸ਼ਮਾਕਸ਼ ਚੱਲੀ ਆ ਰਹੀ ਸੀਗੀ ਅਤੇ ਅੱਜ ਜਿਹੜੀ ਹੈਗੀ ਹੈ ਇਹਨਾਂ ਦੀ ਇਹ ਵਾਰਦਾਤ ਵਿੱਚ ਰੇਡਾਂ ਜਿਹੜੀਆਂ ਹੈਗੀਆਂ ਕਰ ਰਹੇ ਹਾਂ ਪਹਿਲਾਂ FIR ਲੌਂਚ ਕਰਕੇ ਅਸੀਂ ਜਿਹੜਾ ਹੈਗਾ ਇਹਦੇ 'ਚ ਪੁਲਿਸ ਪਾਰਟੀਆਂ ਬਣਾ ਕੇ ਹੁਣ ਜਿਹੜੀਆਂ ਹੈਗੀਆਂ ਰੇਡਾਂ ਸਵੇਰੇ ਵੀ ਕੀਤੀਆਂ ਹੈਗੀਆਂ ਅਤੇ ਹੁਣ ਫਿਰ ਜਿਹੜੀਆਂ ਹੈਗੀਆਂ ਪਾਰਟੀਆਂ ਬਣਾ ਕੇ ਇੱਥੇ ਰੇਡਾਂ ਕਰਾਂਗੇ।